ਰੇਲਵੇ ਟਰੈਕ ਤੇ ਉਦੋਂ ਹੜਕੰਪ ਮੱਚ ਗਿਆ ਜਦੋਂ ਇੱਥੇ ਚਲਦੀ ਚਲਦੀ ਟ੍ਰੇਨ ਪਟੜੀ ਤੇ ਹੀ ਖਿੱਲਰ ਗਈ। ਇੰਜਨ ਤੇ ਬੋਗੀ ਵੱਖ ਹੋ ਗਿਆ ਤੇ ਬਾਕੀ ਡੱਬੇ ਅਲੱਗ ਹੋ ਕੇ ਵੱਖਰੇ ਹੀ ਚੱਲ ਪਏ। ਟ੍ਰੇਨ ਦੇ ਚਲਦਿਆਂ ਚਲਦਿਆਂ ਹੀ ਇਹ ਸਾਰਾ ਕੁਝ ਵਾਪਰ ਗਿਆ। ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਦੱਸ ਦੇ ਕਿ ਮੁੰਬਈ ਜਾ ਰਹੀ ਪੰਚਵਟੀ ਐਕਸਪ੍ਰੈਸ ਦੇ 2 ਡੱਬੇ ਕਸਾਰਾ ਸਟੇਸ਼ਨ ਤੇ ਵੱਖਰੇ ਹੋ ਗਏ। ਇੰਜਨ ਤੇ ਇੱਕ ਬੋਗੀ ਦੋਵੇਂ ਵੱਖਰੇ ਚੱਲ ਪਏ ਜਦਕਿ ਬਾਕੀ ਡੱਬੇ ਅਲੱਗ ਚੱਲ ਪਏ। ਇੰਜਨ ਤੇ ਬੋਗੀ ਅੱਗੇ ਜਾ ਕੇ ਰੁਕ ਗਏ ਪਰ ਜਿਹੜੇ ਬਾਕੀ ਦੇ ਡੱਬੇ ਸੀ ਉਹ ਅੱਗੇ ਮੁੰਬਈ ਵੱਲ ਨੂੰ ਜਾਣ ਲੱਗੇ ਤੇ ਅੱਗੇ ਜਾ ਕੇ ਉਹਨਾਂ ਦੀ ਵੀ ਬ੍ਰੇਕ ਲੱਗ ਗਈ। ਹਾਲਾਂਕਿ ਇੱਥੇ ਕੋਈ ਵੀ ਡੱਬਾ ਪਲਟਿਆ ਨਹੀਂ ਹੈ ਜਿਸ ਕਰਕੇ ਕੋਈ ਵੱਡਾ ਹਾਦਸਾ ਨਹੀਂ ਹੋਇਆ, ਨਹੀਂ ਤਾਂ ਇਹ ਹੋਰ ਵੀ ਜ਼ਿਆਦਾ ਨੁਕਸਾਨ ਹੋ ਸਕਦਾ ਸੀ। ਹਾਲਾਂਕਿ ਬਾਅਦ ਵਿੱਚ ਰੇਲਵੇ ਅਧਿਕਾਰੀਆਂ ਦੇ ਵੱਲੋਂ ਇਹਨਾਂ ਡੱਬਿਆਂ ਨੂੰ ਜੋੜ ਦਿੱਤਾ ਗਿਆ, ਇੰਜਨ ਦੇ ਨਾਲ ਲਗਾਇਆ ਗਿਆ ਤੇ ਟ੍ਰੇਨ ਨੂੰ ਮੁੜ ਤੋਂ ਰਵਾਨਾ ਕਰ ਦਿੱਤਾ ਗਿਆ। ਪਰ ਇਸ ਸਭ ਦਾ ਕਾਰਨ ਕੀ ਸੀ, ਆਖਿਰ ਚੱਲਦੀ ਟ੍ਰੇਨ ਦੇ ਡੱਬੇ ਵੱਖ ਕਿੱਦਾਂ ਹੋਏ, ਇਹ ਅਜੇ ਤੱਕ ਜਾਂਚ ਦਾ ਵਿਸ਼ਾ ਹੈ। ਪਰ ਇਹ ਜ਼ਰੂਰ ਹੈ ਕਿ ਇੱਥੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਹੈ। ਰੇਲਵੇ ਅਧਿਕਾਰੀਆਂ ਦੀ ਮੰਨੀਏ ਤਾਂ ਇਹ ਟ੍ਰੇਨ ਮੁੰਬਈ ਤੋਂ ਪੰਚਵਟੀ ਜਾ ਰਹੀ ਸੀ। ਪੰਚਵਟੀ ਐਕਸਪ੍ਰੈਸ ਦੇ 2 ਡੱਬੇ ਕਸਾਰਾ ਸਟੇਸ਼ਨ ਦੇ ਨੇੜੇ ਆ ਕੇ ਅਲੱਗ ਹੋ ਗਏ। ਇੰਜਨ ਤੇ ਬੋਗੀ ਵੱਖਰੇ ਮੁੜ ਗਏ, ਰੁਕ ਗਏ, ਜਦਕਿ ਬਾਕੀ ਦੇ ਡੱਬੇ ਅੱਗੇ ਮੁੰਬਈ ਵੱਲ ਨੂੰ ਵਧਣ ਲੱਗੇ ਜਿਨ੍ਹਾਂ ਨੂੰ ਰੋਕ ਲਿਆ ਗਿਆ। ਬਿਨਾਂ ਇੰਜਨ ਤੋਂ ਇਹਨਾਂ ਡੱਬਿਆਂ ਦੀ ਆਪ ਹੀ ਬ੍ਰੇਕ ਲੱਗ ਗਈ। ਗਨੀਮਤ ਇਹ ਰਹੀ ਹੈ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਡੱਬਾ ਜਾਂ ਇੰਜਨ ਪਲਟਿਆ ਨਹੀਂ ਤੇ ਨਾ ਹੀ ਕਿਸੇ ਹੋਰ ਗੱਡੀ ਦੇ ਨਾਲ ਇਹਨਾਂ ਦੀ ਟੱਕਰ ਹੋਈ, ਜਿਸ ਕਰਕੇ ਕੋਈ ਵੱਡਾ ਹਾਦਸਾ ਇੱਥੇ ਨਹੀਂ ਹੋਇਆ, ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਟ੍ਰੇਨ ਦਾ ਵੀ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ, ਜਿਸ ਕਰਕੇ ਡੱਬਿਆਂ ਨੂੰ ਮੁੜ ਤੋਂ ਜੋੜ ਦਿੱਤਾ ਗਿਆ ਅਤੇ ਟ੍ਰੇਨ ਨੂੰ ਫਿਰ ਤੋਂ ਰਵਾਨਾ ਕਰ ਦਿੱਤਾ ਗਿਆ। ਪਰ ਇੱਥੇ ਥੋੜੀ ਦੇਰ ਲਈ ਹੜਕੰਪ ਜ਼ਰੂਰ ਮੱਚ ਗਿਆ ਸੀ ਤੇ ਯਾਤਰੀ ਵੀ ਸਾਰੇ ਡਰ ਗਏ ਸਨ। ਰੇਲਵੇ ਟਰੈਕ ਤੇ ਉਦੋਂ ਹੜਕੰਪ ਮੱਚ ਗਿਆ ਜਦੋਂ ਇੱਥੇ ਚਲਦੀ ਚਲਦੀ ਟ੍ਰੇਨ ਪਟੜੀ ਤੇ ਹੀ ਖਿੱਲਰ ਗਈ। ਇੰਜਨ ਤੇ ਬੋਗੀ ਵੱਖ ਹੋ ਗਿਆ ਤੇ ਬਾਕੀ ਡੱਬੇ ਅਲੱਗ ਹੋ ਕੇ ਵੱਖਰੇ ਹੀ ਚੱਲ ਪਏ। ਟ੍ਰੇਨ ਦੇ ਚਲਦਿਆਂ ਚਲਦਿਆਂ ਹੀ ਇਹ ਸਾਰਾ ਕੁਝ ਵਾਪਰ ਗਿਆ। ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਦੱਸ ਦੇ ਕਿ ਮੁੰਬਈ ਜਾ ਰਹੀ ਪੰਚਵਟੀ ਐਕਸਪ੍ਰੈਸ ਦੇ 2 ਡੱਬੇ ਕਸਾਰਾ ਸਟੇਸ਼ਨ ਤੇ ਵੱਖਰੇ ਹੋ ਗਏ। ਇੰਜਨ ਤੇ ਇੱਕ ਬੋਗੀ ਦੋਵੇਂ ਵੱਖਰੇ ਚੱਲ ਪਏ ਜਦਕਿ ਬਾਕੀ ਡੱਬੇ ਅਲੱਗ ਚੱਲ ਪਏ। ਇੰਜਨ ਤੇ ਬੋਗੀ ਅੱਗੇ ਜਾ ਕੇ ਰੁਕ ਗਏ ਪਰ ਜਿਹੜੇ ਬਾਕੀ ਦੇ ਡੱਬੇ ਸੀ ਉਹ ਅੱਗੇ ਮੁੰਬਈ ਵੱਲ ਨੂੰ ਜਾਣ ਲੱਗੇ ਤੇ ਅੱਗੇ ਜਾ ਕੇ ਉਹਨਾਂ ਦੀ ਵੀ ਬ੍ਰੇਕ ਲੱਗ ਗਈ। ਹਾਲਾਂਕਿ ਇੱਥੇ ਕੋਈ ਵੀ ਡੱਬਾ ਪਲਟਿਆ ਨਹੀਂ ਹੈ ਜਿਸ ਕਰਕੇ ਕੋਈ ਵੱਡਾ ਹਾਦਸਾ ਨਹੀਂ ਹੋਇਆ, ਨਹੀਂ ਤਾਂ ਇਹ ਹੋਰ ਵੀ ਜ਼ਿਆਦਾ ਨੁਕਸਾਨ ਹੋ ਸਕਦਾ ਸੀ। ਹਾਲਾਂਕਿ ਬਾਅਦ ਵਿੱਚ ਰੇਲਵੇ ਅਧਿਕਾਰੀਆਂ ਦੇ ਵੱਲੋਂ ਇਹਨਾਂ ਡੱਬਿਆਂ ਨੂੰ ਜੋੜ ਦਿੱਤਾ ਗਿਆ, ਇੰਜਨ ਦੇ ਨਾਲ ਲਗਾਇਆ ਗਿਆ ਤੇ ਟ੍ਰੇਨ ਨੂੰ ਮੁੜ ਤੋਂ ਰਵਾਨਾ ਕਰ ਦਿੱਤਾ ਗਿਆ। ਪਰ ਇਸ ਸਭ ਦਾ ਕਾਰਨ ਕੀ ਸੀ, ਆਖਿਰ ਚੱਲਦੀ ਟ੍ਰੇਨ ਦੇ ਡੱਬੇ ਵੱਖ ਕਿੱਦਾਂ ਹੋਏ, ਇਹ ਅਜੇ ਤੱਕ ਜਾਂਚ ਦਾ ਵਿਸ਼ਾ ਹੈ। ਪਰ ਇਹ ਜ਼ਰੂਰ ਹੈ ਕਿ ਇੱਥੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਹੈ। ਰੇਲਵੇ ਅਧਿਕਾਰੀਆਂ ਦੀ ਮੰਨੀਏ ਤਾਂ ਇਹ ਟ੍ਰੇਨ ਮੁੰਬਈ ਤੋਂ ਪੰਚਵਟੀ ਜਾ ਰਹੀ ਸੀ। ਪੰਚਵਟੀ ਐਕਸਪ੍ਰੈਸ ਦੇ 2 ਡੱਬੇ ਕਸਾਰਾ ਸਟੇਸ਼ਨ ਦੇ ਨੇੜੇ ਆ ਕੇ ਅਲੱਗ ਹੋ ਗਏ। ਇੰਜਨ ਤੇ ਬੋਗੀ ਵੱਖਰੇ ਮੁੜ ਗਏ, ਰੁਕ ਗਏ, ਜਦਕਿ ਬਾਕੀ ਦੇ ਡੱਬੇ ਅੱਗੇ ਮੁੰਬਈ ਵੱਲ ਨੂੰ ਵਧਣ ਲੱਗੇ ਜਿਨ੍ਹਾਂ ਨੂੰ ਰੋਕ ਲਿਆ ਗਿਆ। ਬਿਨਾਂ ਇੰਜਨ ਤੋਂ ਇਹਨਾਂ ਡੱਬਿਆਂ ਦੀ ਆਪ ਹੀ ਬ੍ਰੇਕ ਲੱਗ ਗਈ। ਗਨੀਮਤ ਇਹ ਰਹੀ ਹੈ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਡੱਬਾ ਜਾਂ ਇੰਜਨ ਪਲਟਿਆ ਨਹੀਂ ਤੇ ਨਾ ਹੀ ਕਿਸੇ ਹੋਰ ਗੱਡੀ ਦੇ ਨਾਲ ਇਹਨਾਂ ਦੀ ਟੱਕਰ ਹੋਈ, ਜਿਸ ਕਰਕੇ ਕੋਈ ਵੱਡਾ ਹਾਦਸਾ ਇੱਥੇ ਨਹੀਂ ਹੋਇਆ, ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਟ੍ਰੇਨ ਦਾ ਵੀ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ, ਜਿਸ ਕਰਕੇ ਡੱਬਿਆਂ ਨੂੰ ਮੁੜ ਤੋਂ ਜੋੜ ਦਿੱਤਾ ਗਿਆ ਅਤੇ ਟ੍ਰੇਨ ਨੂੰ ਫਿਰ ਤੋਂ ਰਵਾਨਾ ਕਰ ਦਿੱਤਾ ਗਿਆ। ਪਰ ਇੱਥੇ ਥੋੜੀ ਦੇਰ ਲਈ ਹੜਕੰਪ ਜ਼ਰੂਰ ਮੱਚ ਗਿਆ ਸੀ ਤੇ ਯਾਤਰੀ ਵੀ ਸਾਰੇ ਡਰ ਗਏ ਸਨ।